ਸਤਿ ਸ਼੍ਰੀ ਅਕਾਲ। ਮੇਰਾ ਨਾਮ ਦਵਿੰਦਰ ਕੌਰ ਸੈਣੀ। ਮੈਂ ਅੱਜ ਫਿਰ ਹਾਜ਼ਰ ਹਾਂ ਪੰਜਾਬੀ ਨੂੰ ਵਿਗਿਆਨਕ ਢੰਗ ਨਾਲ ਸਿਖਾਉਣ ਲਈ ਇੱਕ ਅਗਲਾ ਵੀਡੀਓ ਲੈ ਕੇ। ਆਪਾਂ ਹੁਣ ਤੱਕ ਊੜਾ ਐੜਾ ਦੀ ਸਾਰੀ 35 ਅੱਖਰੀ ਕੀਤੀ ਹੈ, ਜਿਹਦੇ ਨਾਲ 6 ਸ਼ਬਦ ਹੋਰ ਰਲ ਗਏ ਸੀਗੇ। ਹੁਣ ਆਪਾਂ ਇਹਨਾਂ ਅੱਖਰਾਂ ਨੂੰ ਦੋ ਦੋ ਨੂੰ, ਤਿੰਨ ਤਿੰਨ ਨੂੰ ਅਤੇ ਚਾਰ ਚਾਰ ਨੂੰ ਮਿਲਾ ਕੇ ਇਹਦੀ ਆਵਾਜ਼ ਦੇ ਨਾਲ ਕੁਛ ਸ਼ਬਦ ਬਣਾਵਾਂਗੇ। ਕੁਛ ਸ਼ਬਦ ਇਉਂ ਹੈ, ਦੋ ਅੱਖਰਾਂ ਵਾਲੇ ਸ਼ਬਦ ਬ ਲ ਬਲ, ਛ ਲ ਛਲ, ਗ ਲ ਗਲ, ਕ ਰ ਕਰ, ਮ ਰ ਮਰ, ਸ ਰ ਸਰ, ਮ ਨ ਮਨ, ਤ ਨ ਤਨ, ਡ ਸ ਡਸ, ਦ ੜ ਦੜ, ਟ ਬ ਟਬ, ਛ ਡ ਛਡ, ਕ ਦ ਕਦ, ਗ ਣ ਗਣ, ਬ ਚ ਬਚ, ਸ ਚ ਸੱਚ। ਆਪਾਂ ਦੋ ਦੋ ਅੱਖਰ ਲਏ, ਦੋਵਾਂ ਅੱਖਰਾਂ ਦੀ ਆਵਾਜ਼ ਨੂੰ ਰਲਾਇਆ ਅਤੇ ਦੋ ਅੱਖਰਾਂ ਨਾਲ ਇੱਕ ਸ਼ਬਦ ਬਣਾ ਲਿਆ। ਬੜਾ ਵਿਗਿਆਨਕ ਢੰਗ ਹੈ। ਸ ਅਤੇ ਚ ਸੱਚ ਹੀ ਹੋਏਗਾ, ਰ ਅਤੇ ਚ ਰੱਚ ਹੀ ਹੋਏਗਾ। ਹੁਣ ਆਪਾਂ ਤਿੰਨ ਅੱਖਰੇ ਸ਼ਬਦ ਲੈ ਰਹੇ ਹਾਂ। ਤਿੰਨ ਅੱਖਰਾਂ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਇਹਨਾਂ ਦੇ ਸ਼ਬਦ ਬਣਾਉਣੇ ਹੈ। ਪਹਿਲਾ ਸ਼ਬਦ ਹੈ ਅ ਰ ਕ ਅਰਕ, ਸ ਬ ਕ ਸਬਕ, ਗ ਚ ਕ ਗਚਕ, ਸ਼ ਬ ਦ ਸ਼ਬਦ, ਬ ਤ ਖ ਬਤਖ, ਮ ਦ ਨ ਮਦਨ, ਗ ਦ ਰ ਗਦਰ, ਜ ਗ ਤ ਜਗਤ, ਤ ਖ ਤ ਤਖਤ, ਅ ਕ ਲ ਅਕਲ, ਕ ਰ ਜ ਕਰਜ਼, ਖ ਰ ਚ ਖਰਚ, ਹ ਰ ਖ ਹਰਖ। ਆਪਾਂ ਹੁਣ ਤਿੰਨ ਤਿੰਨ ਅੱਖਰਾਂ ਵਾਲੇ ਸ਼ਬਦ ਬਣਾਏ ਹੈ। ਅ ਅਤੇ ਰ ਮੈਂ ਇਸ ਤਰ੍ਹਾਂ ਬੋਲ ਰਹੀ ਹਾਂ, ਬਜਾਏ ਦੇ ਕਿ ਮੈਂ ਐੜਾ ਰਾਰਾ ਕੱਕਾ ਬੋਲਾਂ, ਜੋ ਉਹਨਾਂ ਦੀ ਆਵਾਜ਼ ਆਉਂਦੀ ਹੈ ਮੈਂ ਉਹ ਦੱਸ ਰਹੀ ਹਾਂ। ਅ ਰ ਕ ਅਰਕ, ਐੜਾ ਰਾਰਾ ਕੱਕਾ ਅਰਕ, ਅ ਰ ਕ ਅਰਕ। ਜੇ ਤੁਸੀਂ ਆਵਾਜ਼ ਤੋਂ ਇਹਦੀ ਇਸ ਅੱਖਰ ਨੂੰ ਪਛਾਣੋਗੇ ਤਾਂ ਬਹੁਤ ਜਲਦੀ ਤੁਸੀਂ ਪੰਜਾਬੀ ਨੂੰ ਸਿੱਖ ਲਓਗੇ। ਹੁਣ ਆਪਾਂ ਚਾਰ ਅੱਖਰੇ ਸ਼ਬਦਾਂ ਵੱਲ ਧਿਆਨ ਦਿੰਦੇ ਹਾਂ। ਚਾਰ ਅੱਖਰੇ ਸ਼ਬਦ ਇਸ ਤਰ੍ਹਾਂ ਹਨ, ਮ ਖ ਮ ਲ, ਮ ਖ ਮ ਲ। ਜਿਵੇਂ ਆਪਾਂ ਕਹਿ ਰਹੇ ਹਾਂ ਮਮਾ ਖਖਾ, ਮਮਾ ਲੱਲਾ, ਮਖਮਲ। ਇਹਦੇ ਨਾਲੋਂ ਜ਼ਿਆਦਾ ਸੌਖਾ ਹੈ ਮ ਖ ਮ ਲ, ਉਹਦੀ ਆਵਾਜ਼ ਨੂੰ ਪਕੜ ਕੇ ਉਹ ਸ਼ਬਦ ਬਣਾਇਆ ਜਾਵੇ। ਇਹ ਬਣ ਗਿਆ ਮਖਮਲ। ਮ ਲ ਮ ਲ ਮਲ ਮਲ, ਕ ਲ ਕ ਲ ਕਲ ਕਲ, ਚ ਟ ਪ ਟ ਝਟ ਪਟ, ਖ ਟ ਮ ਲ ਖਟ ਮਲ, ਨ ਟ ਖ ਟ ਨਟ ਖਟ, ਬ ਰ ਤ
तन ह र म न हर मन ल श क र लश्कर स र ग म सरगम द श र थ दशरथ ग ड ब ड गड़बड़ ज ग म ग जगमग प त च ड पत चढ़। जदों भी आपां इदां सिखना है, हो सकता है किसी दे उत्ते अदक दी आवाज़ आ रही होवे, पर आपां ये ध्यान नहीं देना, आपां सिर्फ उन्हां अक्षरां दी आवाज़ नूं पकड़ना है। जदों भी आपां मुक्ता दा भाव ये हुंदा है कि हर मात्रा तों मुक्त, हर लगा मात्रा तों मुक्त। अज आपां ओह शब्द लए है जिहड़े किसी भी मात्रा तों मुक्त हन, इन्हां नूं मुक्ता करके जाणिया जांदा है। मुक्ता दा भाव किसी भी मात्रा दी कोई गुंजाइश नहीं है, सिर्फ आवाज़ नाल ही इन्हां नूं आपां शब्द बना सकते हैं। मेरा ख्याल है कि अज तुसी समझ गए होंगे ऊड़े आड़े दी 35 तो लैके इत्थों तक आपां किवें पहुँच सकते हैं। जिहड़ा मर्जी शब्द चुको, म ट मट चुक लो, म ट र मटर चुक लो, म ट र क मटरक बन गया, उहदा कोई अर्थ निकलदा नहीं निकलदा, इहदी परवाह ना करो। सिर्फ तुसीं उहदे शब्द बनाउणे शुरू कर दिओ तां कि तुहाडी पंजाबी दा पहला कदम चुकिया जावे जिहड़ा कि शब्द बनाउण वल चलदा है। धन्यवाद।